ਬਾਲੀਵੁੱਡ ਇੰਡਸਟਰੀ ਦੀ ਉਹ ਅਦਾਕਾਰਾ ਜਿਸ ਦਾ ਨਾਮ 80 ਦੇ ਦਹਾਕਿਆਂ ਦੇ ਵਿੱਚ ਸਭ ਤੋਂ ਉੱਪਰ ਸੀ, ਜਿਸ ਅਭਿਨੇਤਰੀ ਦੀ ਅਦਾਕਾਰੀ ਦੀ ਪੂਰੀ ਦੁਨੀਆ ਪ੍ਰਸ਼ੰਸਾ ਕਰਦੀ ਹੈ। ਉਹਨਾਂ ਨੇ ਹਿੰਦੀ ਸਿਨੇਮਾ ਦੇ ਵਿੱਚ ਇੱਕ ਮਜ਼ਬੂਤ ਅਦਾਕਾਰਾ ਦੇ ਵਜੋਂ ਮਹਿਲਾ ਸੁਪਰ ਸਟਾਰ ਦਾ ਦਰਜਾ ਪ੍ਰਾਪਤ ਕੀਤਾ। ਉਹ ਕੋਈ ਹੋਰ ਨਹੀਂ ਸਗੋਂ ਰੇਖਾ ਹੈ, ਜੋ ਸਦਾਬਹਾਰ ਅਦਾਕਾਰਾਵਾਂ ਦੇ ਵਿੱਚੋਂ ਇੱਕ ਹੈ। ਉਹਨਾਂ ਦਾ ਪੂਰਾ ਜੀਵਨ ਵਿਵਾਦਾਂ ਦੇ ਨਾਲ ਘਿਰਿਆ ਰਿਹਾ। ਆਪਣੇ ਫਿਲਮੀ ਕਰੀਅਰ ਦੇ ਦੌਰਾਨ ਉਹ 6 ਦਿੱਗਜ ਬਾਲੀਵੁੱਡ ਅਦਾਕਾਰਾਵਾਂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹੀ, ਅਤੇ ਇਹਨਾਂ ਤੋਂ ਇਲਾਵਾ ਉਹ ਆਪਣੇ 2 ਵਿਆਹਾਂ ਨੂੰ ਲੈ ਕੇ ਵੀ ਸੁਰਖਿਆ ਦੇ ਵਿੱਚ ਰਹੀ। ਰੇਖਾ ਦਾ ਨਾਂ ਅਮਿਤਾਭ ਬੱਚਨ ਅਤੇ ਉਹਨਾਂ ਦੇ ਪਤੀ ਮੁਕੇਸ਼ ਅਗਰਵਾਲ ਦੇ ਲਈ ਸੁਰਖਿਆ ਦੇ ਵਿੱਚ ਰਿਹਾ, ਪਰ ਉਹ ਇਹਨਾਂ ਦੋਵਾਂ ਦੇ ਨਾਲ ਨਹੀਂ ਸਗੋਂ ਕਿਸੇ ਹੋਰ ਦੇ ਨਾਲ ਵੀ ਬਹੁਤ ਪਿਆਰ ਕਰਦੀ ਸੀ। ਰੇਖਾ ਬਾਲੀਵੁੱਡ ਦੀ ਸਭ ਤੋਂ ਵਿਵਾਦਿਤ ਸਿਤਾਰਾ ਦੇ ਵਿੱਚੋਂ ਇੱਕ ਹੈ, ਜਿਨ੍ਹਾਂ ਦਾ ਸਾਰਾ ਜੀਵਨ ਇੱਕ ਰਹੱਸ ਵਰਗਾ ਹੈ। ਅੱਜ ਵੀ ਲੋਕ ਅਦਾਕਾਰਾ ਦੀ ਲਵ ਸਟੋਰੀ ਬਾਰੇ ਜਾਣਨ ਦੇ ਲਈ ਉਤਸ਼ਾਹਿਤ ਰਹਿੰਦੇ ਨੇ। ਵਿਧਵਾ ਹੋਣ ਤੋਂ ਬਾਅਦ ਵੀ ਰੇਖਾ ਦਾ ਸਿੰਦੂਰ ਲਗਾਉਣਾ ਉਹਨਾਂ ਤੇ ਕਈ ਸਵਾਲ ਖੜੇ ਕਰਦਾ ਹੈ। ਲੋਕ ਇਸ ਨੂੰ ਅਮਿਤਾਭ ਬੱਚਨ ਦੇ ਨਾਲ ਜੋੜ ਕੇ ਦੇਖਦੇ ਨੇ। ਰੇਖਾ ਦੀਆਂ ਲਵ ਸਟੋਰੀਜ਼ ਬਾਲੀਵੁੱਡ ਗਲਿਆਰਿਆਂ ਦੇ ਵਿੱਚ ਮਸ਼ਹੂਰ ਹੈ, ਪਰ ਉਹਨਾਂ ਨੂੰ ਇੱਕ ਵਿਅਕਤੀ ਨਾਲ ਪਿਆਰ ਹੋ ਗਿਆ ਸੀ। ਉਹਨਾਂ ਨੇ ਖੁਦ ਇੱਕ ਵਾਰ ਇਹ ਖੁਲਾਸਾ ਕੀਤਾ ਸੀ ਅਤੇ ਕਿਹਾ ਸੀ ਕਿ ਮੈਂ ਤੁਹਾਡੇ ਬਿਨਾਂ ਕੀ ਕਰਾਂਗੀ। ਦਿੱਗਜ ਅਦਾਕਾਰਾ ਰੇਖਾ ਦੀ ਸਟਾਰਡਮ ਮੈਗਜ਼ੀਨ ਦੀ ਸਲੈਮ ਬੁੱਕ ਦੇ ਵਿੱਚ ਇਹ ਲਿਖਿਆ ਗਿਆ। ਉਹਨਾਂ ਨੇ ਆਪਣੇ ਬਾਰੇ, ਆਪਣੀ ਸੁੰਦਰਤਾ ਤੋਂ ਆਪਣੇ ਪਸੰਦੀਦਾ ਵਿਅਕਤੀ, ਆਪਣੀ ਤਾਕਤ ਅਤੇ ਆਪਣੇ ਡਰ ਦਾ ਖੁਲਾਸਾ ਕੀਤਾ। ਰੇਖਾ ਨੇ ਸਾਲ ਪਹਿਲਾਂ ਜੋ ਲਿਖਿਆ ਸੀ ਉਹ ਹੁਣ ਮਾਈਕਰੋ ਬਲੌਗਿੰਗ ਸਾਈਟਾਂ ਤੇ ਵੀ ਵਾਇਰਲ ਹੋ ਰਿਹਾ। ਰੇਖਾ ਨੇ ਆਪਣੀ ਸਭ ਤੋਂ ਵੱਡੀ ਇੱਛਾ ਬਾਰੇ ਦੱਸਿਆ। ਉਹਨਾਂ ਨੇ ਲਿਖਿਆ ਕਿ ਅਸਲ ਪਿਆਰ ਉਹਨਾਂ ਦੀ ਸਭ ਤੋਂ ਵੱਡੀ ਲੋੜ ਹੈ। ਉਹਨਾਂ ਨੇ ਆਪਣੀ ਮਜ਼ਾਕੀਆ ਪਰਸਨੈਲਿਟੀ ਨੂੰ ਵੀ ਰਿਵੀਲ ਕੀਤਾ ਅਤੇ ਸਵੀਕਾਰ ਕੀਤਾ ਕਿ ਉਹ ਆਪਣੇ ਖਾਲੀ ਸਮੇਂ ਦੇ ਵਿੱਚ ਗੁੰਮਨਾਮ ਫੋਨ ਕਾਲਾਂ ਕਰਦੀ ਹੈ। ਰੇਖਾ ਅਤੇ ਅਮਿਤਾਭ ਬੱਚਨ ਦੀਆਂ ਪ੍ਰੇਮ ਕਹਾਣੀਆਂ ਦੇ ਨਾਲ ਨਾਲ ਉਹ ਆਪਣੇ ਪਤੀ ਮੁਕੇਸ਼ ਅਗਰਵਾਲ ਦੇ ਲਈ ਵੀ ਸੁਰਖੀਆਂ ਦੇ ਵਿੱਚ ਰਹੀ, ਪਰ ਵਾਇਰਲ ਹੋ ਰਹੀ ਇਸ ਸਲੈਮ ਬੁੱਕ ਦੇ ਵਿੱਚ ਉਹਨਾਂ ਨੇ ਆਪਣੇ ਚਹੇਤੇ ਵਿਅਕਤੀ ਦੇ ਸਾਹਮਣੇ ਇਹਨਾਂ ਚੋਂ ਕਿਸੇ ਦਾ ਨਾਂ ਨਹੀਂ ਲਿਖਿਆ। ਉਹਨਾਂ ਨੇ ਲਤਾ ਮੰਗੇਸ਼ਕਰ ਨੂੰ ਆਪਣਾ ਪਸੰਦੀਦਾ ਵਿਅਕਤੀ ਦੱਸਿਆ, ਜਿਸ ਨੂੰ ਉਹ ਬਹੁਤ ਪਿਆਰ ਕਰਦੀ ਸੀ। ਗਾਇਕਾ ਦੇ ਨਾਂ ਦੇ ਨਾਲ ਉਹਨਾਂ ਨੇ ਲਿਖਿਆ, ਮੈਂ ਤੁਹਾਡੇ ਬਿਨਾਂ ਕੀ ਕਰਾਂਗੀ। ਤੁਹਾਨੂੰ ਦੱਸ ਦੇ ਕਿ ਰੇਖਾ ਹਾਲ ਹੀ ਦੇ ਵਿੱਚ ਉਸ ਸਮੇਂ ਫਿਰ ਤੋਂ ਚਰਚਾ ਦੇ ਵਿੱਚ ਆਏ ਸਨ ਜਦੋਂ ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚਨ ਦੇ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ ਅਤੇ ਅਮਿਤਾਭ ਬੱਚਨ ਦੇ ਨਿਊ ਐਸ਼ਵਰਿਆ ਰਾਏ ਬੱਚਨ ਅਤੇ ਉਹਨਾਂ ਦੀ ਪੋਤੀ ਆਰਾਧਿਆ ਨੂੰ ਪਿਆਰ ਕਰਦੇ ਹੋਏ ਨਜ਼ਰ ਆਏ ਸੀ। ਸੋਸ਼ਲ ਮੀਡੀਆ ਯੂਜ਼ਰਸ ਐਸ਼ਵਰਿਆ ਰਾਏ ਅਤੇ ਬੱਚਨ ਪਰਿਵਾਰ ਵਿਚਾਲੇ ਚੱਲ ਰਹੇ ਵਿਵਾਦ ਲਈ ਰੇਖਾ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।